ਭਾਰਤ ਸਮੇਤ ਏਸ਼ੀਆ ਦੇ ਗੁਆਂਢੀ ਦੇਸ਼ਾਂ ਨਾਲ ਚੀਨ ਦੀ ਵੱਧਦੀ ਧੱਕੇਸ਼ਾਹੀ ਤੇ ਜੰਗ ਦੇ ਖਤਰੇ ਦੇ ਕਾਰਨ ਅਮਰੀਕਾ, ਜਾਪਾਨ ਤੋਂ ਲੈ ਕੇ ਆਸਟ੍ਰੇਲੀਆ ਤੱਕ ਆਪਣੇ ਹਜ਼ਾਰਾਂ ਸੈਨਿਕਾਂ ਨੂੰ ਏਸ਼ੀਆ ਭਰ ਵਿੱਚ ਤੈਨਾਤ ਕਰਨ ਜਾ ਰਿਹਾ। ਡੋਨਾਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਹੀਦ ਯੁੱਧ ਤੋਂ ਬਾਅਦ ਇਹ ਸਭ ਤੋਂ ਮਹੱਤਵਪੂਰਨ ਭੂ ਸਿਆਸੀ ਚੁਣੌਤੀ ਹੈ। ਇਸ ਤੈਨਾਤੀ ਤੋਂ ਬਾਅਦ ਅਮਰੀਕਾ ਸੈਨਾ ਆਪਣੇ ਵਿਸ਼ਵ ਪੱਧਰੀ ਦਬਦਬੇ ਨੂੰ ਮੁੜ ਸਥਾਪਿਤ ਕਰੇਗੀ। ਬਰਤਾਨੀ ਸਵੇਗ ਨਦੀ ਦੇ ਨੇੜੇ ਆਪਣੇ ਹਜ਼ਾਰਾਂ ਕਮਾਂਡੋ ਤੈਨਾਤ ਕਰ ਰਿਹਾ ਹੈ। ਅਮਰੀਕਾ ਆਪਣੇ ਜਰਮਨੀ ਵਿੱਚ ਤੈਨਾਤ ਹਜ਼ਾਰਾਂ ਫੌਜੀਆਂ ਨੂੰ ਏਸ਼ੀਆ ਵਿੱਚ ਤੈਨਾਤ ਕਰਨ ਜਾ ਰਿਹਾ ਹੈ। ਇਹ ਫੌਜੀ ਗੋਮਾ, ਹਵਾਈ, ਅਲਾਸਕਾ, ਜਾਪਾਨ ਅਤੇ ਆਸਟ੍ਰੇਲੀਆ ਵਿੱਚ ਫੌਜੀ ਅੱਡਿਆਂ 'ਤੇ ਤੈਨਾਤ ਕੀਤੇ ਜਾਣਗੇ। ਜਾਪਾਨ ਦੀ ਨਿਕੇਈ ਏਸ਼ੀਅਨ ਰਿਵਿਊ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਦੀ ਤਰਜੀਹ ਬਦਲ ਗਈ ਹੈ। ਸ਼ਹੀਦ ਯੁੱਧ ਦੇ ਦੌਰਾਨ ਅਮਰੀਕਾ ਦੇ ਮਾਹਿਰਾਂ ਦਾ ਵਿਸ਼ਵਾਸ ਸੀ ਕਿ ਸੋਵੀਅਤ ਯੂਨੀਅਨ ਨੂੰ ਕੰਟਰੋਲ ਕਰਨ ਲਈ ਵੱਡੀ ਗਿਣਤੀ ਵਿੱਚ ਸੈਨਿਕਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 7000 ਵਿੱਚ ਅਮਰੀਕਾ ਦਾ ਧਿਆਨ ਮੁਕਤਾ ਅਤੇ ਅੱਤਵਾਦ 'ਤੇ ਕੇਂਦਰਿਤ ਸੀ ਅਤੇ ਉਸਨੇ ਇਰਾਕ ਅਤੇ ਅਫਗਾਨਿਸਤਾਨ ਵਿੱਚ ਅੱਤਵਾਦ ਵਿਰੋਧੀ ਜੰਗ ਛੇੜੀ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬਰਾਈਨ ਨੇ ਪਿਛਲੇ ਮਹੀਨੇ ਵਿੱਚ ਇੱਕ ਲੇਖ ਵਿੱਚ ਕਿਹਾ ਕਿ ਚੀਨ ਨੇ ਰੂਸ ਵਰਗੇ ਦੋ ਮਹਾਂਸ਼ਕਤੀਆਂ ਨਾਲ ਮੁਕਾਬਲਾ ਕਰਨ ਲਈ ਅਮਰੀਕਾ ਦੀ ਫੌਜ ਨੂੰ ਯਕੀਨੀ ਤੌਰ 'ਤੇ ਪਹਿਲਾਂ ਨਾਲ ਜ਼ਿਆਦਾ ਤੇਜ਼ੀ ਦੇ ਨਾਲ ਸੈਨਾ ਨੂੰ ਤੈਨਾਤ ਕਰਨਾ ਹੋਵੇਗਾ। ਇਸ ਲਈ ਚੀਨ ਹਾਸਲ ਕਰਨ ਲਈ ਅਮਰੀਕਾ ਜਰਮਨੀ ਤੋਂ ਆਪਣੇ 34,500 ਸੈਨਿਕਾਂ ਨੂੰ ਘਟਾ ਕੇ 25,000 ਕਰਨ ਜਾ ਰਿਹਾ ਹੈ। 95 ਅਮਰੀਕੀ ਸੈਨਿਕ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਤੈਨਾਤ ਕੀਤੇ ਜਾਣਗੇ ਜਾਂ ਅਮਰੀਕਾ ਦੇ ਇੱਕ ਫੌਜੀ ਅੱਡੇ 'ਤੇ ਭੇਜੇ ਜਾਣਗੇ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕੀ ਸੈਨਾ ਦੇ ਅੰਤਰਰਾਸ਼ਟਰੀ ਆਪਰੇਸ਼ਨਾਂ ਵਿੱਚ 3 ਤਬਦੀਲੀਆਂ ਹੋਈਆਂ ਹਨ। ਸਭ ਤੋਂ ਪਹਿਲੀ ਤਬਦੀਲੀ ਵਿੱਚ ਅਮਰੀਕੀ ਫੌਜ ਨੇ ਯੂਰਪ ਅਤੇ ਪੱਛਮੀ ਏਸ਼ੀਆ ਦੇ ਏਸ਼ੀਆ ਪ੍ਰਸ਼ਾਂਤ ਖੇਤਰ 'ਤੇ ਧਿਆਨ ਕੇਂਦਰਿਤ ਕੀਤਾ ਹੈ। ਦੂਜਾ ਬਦਲਾਅ ਜ਼ਮੀਨ ਜੰਗ ਦੀ ਬਜਾਏ ਸਮੁੰਦਰ ਅਤੇ ਹਵਾ ਵਿੱਚ ਜੰਗ 'ਤੇ ਧਿਆਨ ਕੇਂਦਰਿਤ ਕੀਤਾ ਹੈ। ਤੀਜਾ, ਟਰੰਪ ਪ੍ਰਸ਼ਾਸਨ ਹੁਣ ਅਮਰੀਕੀ ਫੌਜ ਦੇ ਖਰਚ ਘੱਟ ਕਰਨਾ ਚਾਹੁੰਦਾ ਹੈ। ਅਮਰੀਕਾ ਤੇਲ ਲਈ ਪੱਛਮੀ ਏਸ਼ੀਆ ਵਿੱਚ ਗਿਆ ਸੀ ਪਰ ਹੁਣ ਤੇਲ ਇੱਥੇ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਸਾਲ 1987 ਵਿੱਚ 1,84,000 ਅਮਰੀਕੀ ਸੈਨਿਕ ਏਸ਼ੀਆ ਦੇ ਪ੍ਰਸ਼ਾਂਤ ਖੇਤਰ ਵਿੱਚ ਸਨ ਪਰ ਸਾਲ 2018 ਵਿੱਚ ਇਹ ਘੱਟ ਕੇ 1,31,000 ਹੋ ਗਿਆ ਸੀ। ਟਰੰਪ ਪ੍ਰਸ਼ਾਸਨ ਦੱਖਣੀ ਕੋਰੀਆ ਅਤੇ ਜਾਪਾਨ ਨਾਲ ਸੈਨਿਕਾਂ ਦੀ ਤੈਨਾਤੀ ਦੀ ਗੱਲਬਾਤ ਕਰ ਰਿਹਾ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਬਰਤਾਨੀ ਜੋ ਕਿ ਅਮਰੀਕਾ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਹੈ, ਚੀਨ ਦੀ ਧਮਕੀ ਦੇ ਨਾਲ ਨਜਿੱਠਣ ਲਈ ਆਪਣੀ ਸੈਨਿਕਾਂ ਨੂੰ ਏਸ਼ੀਆ ਭੇਜ ਰਿਹਾ ਹੈ। ਬ੍ਰਿਟਿਸ਼ ਫੌਜ ਦਾ ਮੰਨਣਾ ਹੈ ਕਿ ਏਸ਼ੀਆਈ ਸਹਿਯੋਗੀ ਦੇਸ਼ਾਂ ਦੇ ਨਾਲ ਨਜ਼ਦੀਕੀ ਸੰਬੰਧ ਰੱਖਣ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਸਵੇਜ ਨਦੀ ਦੇ ਨੇੜੇ ਨੌਜਵਾਨਾਂ